Patrie Mutava! 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 Mester in Sorte! Per la Diame Coke! Mester in Sorte! Per la Diame Coke! Mutava! Mutava! Thank you.
ਪ੍ਰਦੀਪ ਸੱਪਰਵਾਲ ਨੇ ਮਾਰੀਆ ਡੰਗਾ ਐਮਐਲਏ ਬੈਂਸ ਸਾਹਿਬ ਨੂੰ ਖੜਾ ਸਾਹਮਣੇ ਉਹ ਪ੍ਰਦੀਪ ਸੱਪਰਵਾਲ ਵੀ ਖੜਾ ਕੁੱਤਾ ਚੋਰ ਮੁਰਦਾਬਾਦ 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 ਕੁੱਤਾ ਚੋਰ ਮੁਰਦਾਬਾਦ 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 ਬੇਈਮਾਨ ਸਰਕਾਰ ਹਾਏ 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 ਬੇਈਮਾਨ ਸਰਕਾਰ ਹਾਏ 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 ਧਰਮਸੋਤ ਮੰਤਰੀ ਬਰਖਾਸਤ ਕਰੋ ਬਰਖਾਸਤ ਕਰੋ ਬਰਖਾਸਤ ਕਰੋ ਧਰਮਸੋਤ ਮੰਤਰੀ ਬਰਖਾਸਤ ਕਰੋ ਬਰਖਾਸਤ ਕਰੋ ਬਰਖਾਸਤ ਕਰੋ ਖਾਣ ਵਾਲਾ ਮੰਤਰੀ ਹਾਏ 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 ਇਹ ਕੀ ਹੋਇਆ ਸਾਧੂ ਮੋਇਆ ਇਹ ਕੀ ਹੋਇਆ ਸਾਧੂ ਮੋਇਆ ਇਹ ਕੀ ਹੋਇਆ ਸਾਧੂ ਮੋਇਆ ਸਾਧੂ ਮੰਤਰੀ ਮੁਰਦਾਬਾਦ ਸਾਧੂ ਮੰਤਰੀ ਮੁਰਦਾਬਾਦ ਸਾਧੂ ਮੰਤਰੀ ਮੁਰਦਾਬਾਦ ਸੀਬੀਆਈ ਦੀ ਜਾਂਚ ਕਰੋ ਸੀਬੀਆਈ ਦੀ ਜਾਂਚ ਕਰੋ ਸੀਬੀਆਈ ਦੀ ਜਾਂਚ ਕਰੋ ਦਲਿਤ ਵਿਦਿਆਰਥੀਆਂ ਦੇ ਹੱਕ ਖਾਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਿਤ ਵਿਦਿਆਰਥੀਆਂ ਦੇ ਹੱਕ ਖਾਣੇ ਬੰਦ ਕਰੋ ਬੰਦ ਕਰੋ ਪ੍ਰਧਾਨ ਮੰਤਰੀ ਹਾਏ ਹਾਏ ਆ ਡਾਂਗ ਦੇਖੀ ਕਿੱਥੇ ਮਾਰੀ ਆ ਜਾ ਚੀਮੇ ਇੱਧਰ ਤੇਰੀ ਡਾਂਗ ਦੀ ਕਰਤੂਤ ਦਿਖਾਉਣ ਲੱਗਿਆ ਇੱਧਰ ਆ ਜਰਾ ਆ ਦੇਖ ਐਮਐਲਏ ਦੇ ਨਾਲ ਪ੍ਰਦੀਪ ਸੱਪਰਵਾਲ ਸੱਚਾ ਉਹਨੇ ਮਾਰਿਆ ਬਾਦਰਗੜ੍ਹ ਦਾ ਥਾਣੇ ਦਾ ਹਾਂ ਇੰਚਾਰਜ ਬਾਦਰਗੜ੍ਹ ਦਾ ਉੱਪਰ ਗਿਆ ਯਾਰ ਆ ਦੇਖੀ ਡਾਂਗਾ ਮਾਰ ਮਾਰ ਕੇ ਆ ਜਾ ਆ ਜਾ ਤੈਨੂੰ ਦੱਸਾਂ ਦੇਖ ਇੱਧਰ ਐਮਐਲਏ ਦਾ ਡਾਂਗਾ ਮਾਰ ਰਿਹਾ ਪ੍ਰਦੀਪ ਹਾਂ ਇਹ ਹੋਰ ਸਰ ਪ੍ਰਦੀਪ ਸੱਪਰਵਾਲ ਹੋਰ ਇੱਥੇ ਆ ਕੇ ਡਾਂਗਾ ਚਾਕਰ ਬਣ ਗਈ ਸਾਡੀ ਡਿਮਾਂਡ ਅਸੀਂ ਪਿੱਛੇ ਨੀ ਹਟਾਂਗੇ ਭ੍ਰਿਸ਼ਟ ਧਰਮਸੋਤ ਮੰਤਰੀ ਬਰਖਾਸਤ ਕਰੋ ਦਲਿਤ ਵਜ਼ੀਫਾ ਰਾਸ਼ੀ ਦੇ ਵਿੱਚ 100 ਕਰੋੜੀ ਸਕੈਮ ਦੀ ਜਾਂਚ ਸੀਬੀਆਈ ਨੂੰ ਦਿਓ ਅਸੀਂ ਹਰ ਪਿੰਡ ਪੰਜਾਬ ਦੇ ਜਾਵਾਂਗੇ ਕਾਂਗਰਸ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਾਂਗੇ ਇਹ ਚੋਰਾਂ ਦੀ ਜਮਾਤ ਹੈਗੀ ਆ ਇਹ ਚੋਰ ਤੇ ਭ੍ਰਿਸ਼ਟ ਸਰਕਾਰ ਆ ਜਿੰਨੀ ਦੇਰ ਤੱਕ ਭ੍ਰਿਸ਼ਟ ਮੰਤਰੀ ਬਰਖਾਸਤ ਨਹੀਂ ਹੁੰਦਾ ਲੋਕ ਇਨਸਾਫ਼ ਪਾਰਟੀ ਦਾ ਅੰਦੋਲਨ ਜਾਰੀ ਰਹੇਗਾ ਮਹਿਲ ਘੇਰਨਾ ਆਏ ਆ ਅਸੀਂ ਕੋਈ ਮਹਿਲ ਮੋਢਿਆਂ ਤੇ ਚੱਕ ਕੇ ਨਹੀਂ ਆਏ ਜੋ ਅਸੀਂ ਇੱਥੇ ਧਰਨਾ ਦੇ ਰਹੇ ਹਾਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੋਕਾਂ ਨੇ ਮੁੱਖ ਮੰਤਰੀ ਅਸੀਂ ਰਾਜੇ ਦੇ ਮਹਿਲ ਮੋਹਰੇ ਨਹੀਂ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਡੈਮੋਕਰੇਟਿਕ ਤਰੀਕੇ ਦੇ ਨਾਲ ਵੋਟ ਦੁਆਰਾ ਚੁਣਿਆ ਗਿਆ ਉਹ ਸਾਡਾ ਡੈਮੋਕਰੇਟਿਕ ਰਾਈਟ ਆ ਸੋ ਅਸੀਂ ਆਪਣਾ ਰਾਈਟ ਪੀਸਫੁਲ ਤਰੀਕੇ ਦੇ ਨਾਲ ਵਰਤਣ ਵਾਸਤੇ ਪਰ ਇਹ ਹੱਥ ਟੋਕਾ ਬਣੇ ਪੁਲਸੀਏ ਜਿਹੜੇ ਕਹਿੰਦੇ ਮਾਰੋ ਇਹਨਾਂ ਦੇ ਡਾਂਗਾ ਇਹ ਡਾਂਗ ਮੈਂ ਕਹਿੰਦਾ ਸਾਡੇ ਸਿਰ ਚ ਮਾਰ ਲੈਣ ਸਾਡਾ ਸਿਰ ਪਾੜ ਦੇਣ ਪਰ ਅਸੀਂ ਦਲਿਤ ਵਿਦਿਆਰਥੀਆਂ ਦੇ ਹਕੂਕ ਦੀ ਰਾਖੀ ਵਾਸਤੇ ਹਮੇਸ਼ਾ ਤਿਆਰ ਆ ਕੋਈ ਵੀ ਕੁਰਬਾਨੀ ਕਰਨ ਵਾਸਤੇ ਜਾਵਾਂਗੇ ਅੱਗੇ ਜਾਵਾਂਗੇ ਜਾਵਾਂਗੇ ਤੁਸੀਂ ਤਾਂ ਪਰੇ ਹਟੋ ਮਾੜਾ ਜਾ ਤੁਸੀਂ ਤਾਂ ਮੋਹਰੇ ਚੈਨ ਬਣਾਈ ਹੈ
ਜੋ ਭਰੇ ਅਸੀਂ ਜਾਵਾਂਗੇ ਅਸੀਂ ਉੱਠੋ ਤਾਂ ਸਹੀ ਹੈ ਕਿਸੇ ਵੀ ਸਰਦਾਰ ਪਗੜੀ ਚਾੜੇ ਕੇ ਲੈਣੀ ਤੇ ਜਾਵਾਂਗੇ ਜਾਵਾਂਗੇ ਸਾਨੂੰ ਅੰਦਰ ਦੇ ਲੈਣੇ ਫੜ ਕੇ ਕਦਮਾ ਦਰਜ ਕਰ ਦੇਣ ਅਸੀਂ ਜਾਵਾਂਗੇ ਠੀਕ ਹੈ ਜੀ ਉਰੇ ਅਸੀਂ ਅਸੀਂ ਕੋਈ ਆਪਣੇ ਵਾਸਤੇ ਨਹੀਂ ਆਪਣੇ ਟੱਬਰ ਕੁਝ ਭਰਾ ਵਾਸਤੇ ਨਹੀਂ ਅਸੀਂ ਲੱਖਾਂ ਉਹ ਵਿਦਿਆਰਥੀ ਜਿਹੜੇ ਦਲਿਤ ਵਿਸ਼ਵ ਰਾਸ਼ੀ ਨਾਲ ਪੜਦੇ ਆ ਜਿਹੜੀ ਸਕੀਮ ਕੇਂਦਰ ਸਰਕਾਰ ਦੀ ਹੈ ਉਹਦੇ ਸਕੈਮ ਦੇ ਮੰਤਰੀ ਨੂੰ ਬਰਖਾਸਤ ਕਰਾ ਕੇ ਹਟਾਂਗੇ ਠੀਕ ਹੈ ਬਈ